ਐਨੀ ਭੀੜ ਸ਼ੂਟ ਕੀਤਾ ਕਦੇ ਬੜੀ ਵਾਰ ਕਰਦਾ ਭਾਈ ਚੰਗਾ ਲੱਗ ਰਿਹਾ ਪਰ ਸ਼ੂਟ ਕਰਕੇ ਚੰਗਾ ਲੱਗ ਰਿਹਾ ਚੰਗਾ ਲੱਗ ਰੋਸ਼ਨ ਪ੍ਰਿੰਸ ਦੀ ਨਵੀਂ ਪੰਜਾਬੀ ਫਿਲਮ ਆ ਰਹੀ ਹੈ ਜਿਸ ਦਾ ਟਾਈਟਲ ਹੈ ਮੁੰਡਾ ਫਰੀਦਕੋਟਿਆ ਤੇ ਇਸ ਫਿਲਮ ਦੀ ਸ਼ੂਟਿੰਗ ਫਰੀਦਕੋਟ ਵਿੱਚ ਚੱਲ ਰਹੀ ਹੈ ਔਰ ਇਸ ਰਿਲੇਟਡ ਅਪਡੇਟਸ ਰੋਸ਼ਨ ਪ੍ਰਿੰਸ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਟਾਈਮ ਟੂ ਟਾਈਮ ਦੇ ਰਹੇ ਨੇ ਸੋ ਯੂ ਆਲਸੋ ਹੈਵ ਅ ਲੁੱਕ ਐਟ ਦ ਵੀਡੀਓ ਆਫ ਦ ਸ਼ੂਟ ਐਨੀ ਭੀੜ ਸ਼ੂਟ ਕੀਤਾ ਕਦੇ ਬੜੀ ਵਾਰ ਕਰਦਾ ਭਾਈ ਚੰਗਾ ਲੱਗ ਰਿਹਾ ਪਰ ਸ਼ੂਟ ਕਰਕੇ ਚੰਗਾ ਲੱਗ ਰਿਹਾ ਚੰਗਾ ਲੱਗ ਰਿਹਾ Wish all the best to whole team for this movie.